フェイス टू फेस प्रोग्राम देख रहे दर्शकों ਦਾ ਮੈਂ ਸਵਾਗਤ ਕਰਦਾ ਹਾਂ ਮੇਰੇ ਨਾਲ ਇਸ ਮੰਚ ਤੇ ਮੌਜੂਦ ਨੇ ਸਰਦਾਰ ਗੁਰਮਿੰਦਰ ਸਿੰਘ ਥਿੰਦ ਜੋ ਕਿ ਐਨ ਆਰ ਆਈ ਨੇ ਅਸੀਂ ਗੱਲਬਾਤ ਕਰ ਰਹੇ ਸੀ ਕਿ ਸਰਕਾਰ ਵੱਲੋਂ ਜਿਹੜੇ ਐਨ ਆਰ ਆਈ ਇੱਧਰ ਆ ਕੇ ਇਨਵੈਸਟਮੈਂਟ ਕਰ ਰਹੇ ਆ ਉਹਨਾਂ ਨੂੰ ਕਿੰਨੀ ਕਿ ਸਹਾਇਤਾ ਦਿੱਤੀ ਜਾਂਦੀ ਹੈ ਜਾਂ ਕਿੰਨਾ ਕਿੰਨੀ ਕਿ ਸ਼ਾਬਾਸ਼ੀ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ ਤੁਸੀਂ ਆਪ ਗੱਲ ਕੀਤੀ ਕਿ ਹਜੇ ਪ੍ਰੈਕਟੀਕਲ ਰੂਪ ਦੇ ਵਿੱਚ ਉਹਨਾਂ ਕੋਲ ਜ ਨਹੀਂ ਹੈ ਜਿੰਨਾ ਕਿ ਹੋਣਾ ਚਾਹੀਦਾ ਹੈ ਇਹ ਕੀ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਇਸ ਤਰ੍ਹਾਂ ਸੋਸ਼ਲ ਕਾਜ਼ ਕਰਦੇ ਆ ਲੋਕ ਭਲਾਈ ਕੰਮਾਂ ਤੇ ਖਰਚ ਕਰਦੇ ਆ ਕੀ ਸਰਕਾਰ ਉਹਨਾਂ ਨੂੰ ਸਪੋਰਟ ਕਰਦੀ ਹੈ ਜਾਂ ਉਹਨਾਂ ਨੂੰ ਸ਼ਾਬਾਸ਼ੀ ਦਿੰਦੀ ਹੈ ਮੈਂ ਯੂਕੇ ਬਾਰੇ ਕਹਿੰਦਾ ਕਿ ਯੂਕੇ ਚ ਮੈਂ ਫੈਮਿਲੀਅਰ ਆ ਉੱਥੇ ਮੈਂ ਰਹਿੰਦਾ ਰਿਹਾ ਉੱਥੇ ਬੜਾ ਵੱਡਾ ਵਲੰਟੀਅਰ ਸੈਕਟਰ ਹੈ ਇੱਕ ਤਕੜਾ ਸਿਸਟਮ ਹੈ ਜੀ ਜਿਹਦੇ ਵਿੱਚ ਦੇਖੋ ਪਹਿਲਾਂ ਤਾਂ 28% ਤੁਹਾਨੂੰ ਟੈਕਸ ਰਿਬੇਟ ਜੇ ਮੈਂ ਇੱਕ ਪਾਉਂਡ ਦਿੰਨਾ ਜੀ ਤੇ 28% ਨਾਲ ਗਵਰਨਮੈਂਟ ਜੋੜ ਦਿੰਦੀ ਹੈ ਉਸੇ ਉਸੇ ਮਕਸਦ ਵਾਸਤੇ ਜੀ ਉਹ ਹੈਲਪ ਹੀ ਹੈ ਉਹ ਜਿਹੜਾ ਪਾਉਂਡ ਤੁਸੀਂ ਦਿੰਦੇ ਹੋ ਉਹਦਾ ਵੀ ਟੈਕਸ ਨਹੀਂ ਲੱਗਦਾ ਠੀਕ ਹੂੰ ਤੇ ਇਨਕਰੇਜ ਕਰਦੀ ਹੈ ਕੋਰਪੋਰੇਟ ਵਰਲਡ ਹੈ ਜਿਹੜਾ ਬਿਜ਼ਨਸ ਵਰਲਡ ਹੈ ਉਹ ਕਿਸੇ ਨਾ ਕਿਸੇ ਮਤਲਬ ਈਸ਼ੂ ਨੂੰ ਲੈ ਕੇ ਸੋਸਾਇਟੀ ਜਿੰਪੁੱਟ ਕਰ ਦਿਆ ਬੱਡੇ ਪਧਰ ਤੇ ਜਿਹੜਾ ਬੀਏ ਹੈ ਉਹਨਾਂ ਨੇ ਕੀਤਾ ਹੋਇਆ ਯੂਨੀਸੇਫ ਦਾ ਇੱਕ ਪ੍ਰੋਜੈਕਟ ਲੈ ਆ ਜੀ ਵੈਲਫੇਅਰ ਆਫ ਚਿਲड्रन ਜੀ ਉਹ ਮਤਲਬ ਕਿੰਨੇ ਕਰੋੜਾਂ ਰੁਪਿਆ ਇਕੱਠਾ ਕਰ ਚੁੱਕੇ ਨੇ ਇਕੱਠਾ ਕਿਦਾਂ ਹੁੰਦਾ ਜਹਾਜ਼ ਬੈਠੇ ਤੁਹਾਡੇ ਜਿਹੜੀ ਜੇਬ ਚ ਭਾਨ ਹੈ ਸਿਰਫ ਉਹ ਤੁਸੀਂ ਇੱਕ ਬੈਗ ਚ ਪਾ ਕੇ ਉਹਨਾਂ ਨੂੰ ਭਲਾ ਦੇਣੀ ਉਹ ਭਾਨ ਤੁਹਾਡੇ ਕੰਮ ਤਾਂ ਆਉਣੀ ਨਹੀਂ ਕਿਤੇ ਜਿਹੜੇ ਮੁਲਕ ਜਾਣੇ ਹੋ ਜੀ ਭਾਨ ਕੋਈ ਬੈਂਕ ਨਹੀਂ ਬਦਲਦੀ ਠੀਕ ਹੈ ਉਹ ਵੇਸਟ ਜਾਂਦੀ ਹੈ ਤੇ ਉਹਨਾਂ ਨੇ ਸੋਚਿਆ ਵੀ ਇਸ ਤਰੀਕੇ ਨਾਲ ਉਹ ਕਿੰਨਾ ਹੀ ਪੈਸਾ ਇਕੱਠਾ ਕਰਕੇ ਲੋਕਾਂ ਦੇ ਲਾਜ ਇੰਡੀਆ ਚ ਵੀ ਲਾਇਆ ਬੰਗਲਾਦੇਸ਼ ਚ ਲਾਇਆ ਹੋਰ ਮੁਲਕਾਂ ਚ ਵੀ ਲਾਇਆ ਜੀ ਇਸ ਤਰ੍ਹਾਂ ਜਿਹੜੇ ਜਿਹੜੇ ਵੱਡੇ ਬਿਜ਼ਨਸ ਹਾਊਸਸ ਨੇ ਬਾਕਲੇ ਬੈਂਕ ਹੋਈ ਵੀ ਕਿੰਨੀਆਂ ਬੈਂਕਾਂ ਜਾਂ ਹੋਰ ਵੱਡੇ ਵੱਡੇ ਕੋਪਰੇਟਿਵ ਵਰਲਡ ਸਾਰੇ ਹੀ ਆਪਣੇ ਆਪਣੇ ਸੈਕਟਰ ਦੇ ਵਿੱਚ ਨਾ ਕਾਫੀ ਇਨਪੁਟ ਪਾ ਰਹੇ ਨੇ ਜੇ ਕੋਈ ਕੋਈ ਨਿੱਜੀ ਵਿਅਕਤੀ 1 ਰੁਪਿਆ ਦਿੰਦਾ ਤਾਂ ਉਹ ਉਸ ਤੋਂ ਕਈ ਗੁਣਾ ਵੱਧ ਜਿਹੜੀ ਸਰਕਾਰ ਉਸੇ ਕਾਰਜ ਦੇ ਉੱਤੇ ਸਰਕਾਰ ਆਪਣੇ ਗੁਰਦਾਰੇ ਸਾਹਿਬ ਲੈ ਲੋ ਤੇ ਆਪਣਾ ਸਿੰਘ ਸਭਾ ਗੁਰਦਾਰਾ ਸਾਊਥ ਹੋਣਾ ਹੈ ਜੀ ਉਥੇ ਉਹ ਚੈਰਿਟੀ ਨੰਬਰ ਮਿਲਦਾ ਹੈ ਕਿਨਾਂ ਨੂੰ ਰਜਿਸਟਰ ਕਰਨਾ ਪੈਂਦਾ ਹੈ ਮੈਨੇਜਮੈਂਟ ਸਿਸਟਮ ਦਿਖਾਉਣਾ ਪੈਂਦਾ ਹੈ ਉਹ ਨੰਬਰ ਦੇ ਆਧਾਰ ਤੇ ਤੁਸੀਂ ਜਦੋਂ ਉਹ ਚੈਰਿਟੀ ਨੂੰ ਪੈਸੇ ਡੋਨੇਟ ਕਰਦੇ ਹੋ ਜਿਹੜੇ ਗੋਲਪਾਉਂਦੇ ਹੋ ਸੀਕਰਟ ਹੋ ਤਾਂ ਕੋਈ ਪਤਾ ਨਹੀਂ ਲੱਗਦਾ ਜਿਹੜੇ ਵੈਸੇ ਡੋਨੇਟ ਕਰਦੇ ਹੋ ਉਦੋਂ ਉਹ ਫਾਰਮ ਭਰਿਆ ਜਾਂਦਾ ਉਹ ਟੈਕਸ ਵਾਲੇ ਕੋਲ ਚਲੇ ਜਾਂਦਾ ਉਹ ਟੈਕਸ ਵਾਲੇ ਉਹਨਾਂ ਨੂੰ 28% ਭੇਜ ਦਿੰਦੇ ਵਾਪਸ ਟ੍ਰੀਪੇ ਠੀਕ ਠੀਕ ਤਿੰਨ ਸਾਹਿਬ ਜੇਕਰ ਅਸੀਂ ਚਾਤ ਮਾਰ ਕੇ ਦੇਖੀਏ ਪੰਜਾਬ ਸਰਕਾਰ ਦੀ ਪਿਛਲੀ ਕਾਰਗੁਜ਼ਾਰੀ ਤੇ ਪੰਜਾਬ ਸਰਕਾਰ ਨੇ ਵੀ ਇੱਕ ਇਨੀਸ਼ੀਏਟਿਵ ਲਿਆ ਹੈ ਕਿ ਐਨ ਆਰ ਆਈਸ ਨੂੰ ਖਾਸ ਕਰਕੇ ਪੰਜਾਬ ਦੀ ਧਰਤੀ ਵੱਲ ਆਕਰਸ਼ਿਤ ਕਰਨ ਦਾ ਐਨ ਆਰ ਆਈ ਸਮੇਲਨ ਹੋਇਆ ਉਹਨਾਂ ਨੂੰ ਇੱਕ ਵਿਸ਼ੇਸ਼ ਤੌਰ ਤੇ ਇੱਕ ਵੈਬਸਾਈਟ ਤਿਆਰ ਕਰਕੇ ਦਿੱਤੀ ਹੈ ਕੁਝ ਖਾਸ ਰਾਇਤਾਂ ਦਿੱਤੀਆਂ ਵੀ ਐਨ ਆਰ ਆਈ ਜੇ ਕੋਈ ਆ ਕੇ ਇਨਵੈਸਟ ਕਰਦਾ ਹੈ ਪ੍ਰੈਕਟੀਕਲ ਰੂਪ ਦੇ ਵਿੱਚ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਨੂੰ ਲੱਗਦਾ ਕਿ ਵੀ ਜਿਹੜਾ ਐਨ ਆਰ ਆਈ ਇਨੀਸ਼ੀਏਟਿਵ ਹੈ ਕੀ ਡਿਕਲੇਅਰ ਕੀਤਾ ਹੈ ਉਹਦੇ ਵਿੱਚ ਕੁਝ ਸ਼ਾਇਦ दम ਹੋਵੇ ਤੇ ਕੁਝ ਲੱਗਦਾ ਮਾਡਲਿੰਗ ਗੁਜਰਾਤ ਦੇ ਉੱਤੇ ਜਿੱਥੇ ਬਹੁਤ ਨਾਰਾਇਜ ਨੇ ਕੰਮ ਕੀਤਾ ਔਰ ਬਹੁਤ ਬੜੀ ਫੈਸਿਲਿਟੇਟ ਕੀਤੀ ਹੈ ਗਵਰਨਮੈਂਟ ਨੇ ਮਗਰ ਜਿਹੜਾ ਐਨ ਆਰ ਆਈ ਤਾਂ ਮੇਰਾ ਆਪਣਾ ਐਕਸਪੀਰੀਅੰਸ ਹੈ ਪਿਛਲੇ 10 ਸਾਲ ਦਾ ਜੀ ਬੜੇ ਐਨ ਆਰ ਆਈ ਸਮੈਲਨ ਮੈਂ اٹینڈ ਕੀਤੇ ਆ ਅਸਲੀਅਤ ਦੇ ਵਿੱਚ ਰੂਪ ਜਿਹੜਾ ਗਰਾਊਂਡ ਲੈਵਲ ਤੇ ਉੱਥੇ ਪਤਾ ਨਹੀਂ ਕੀ ਹੋ ਜਾਂਦਾ ਉਹ ਗੱਲ ਬਣਦੀ ਨਹੀਂ ਜਿਸ ਤਰ੍ਹਾਂ ਦੇ ਵਾਦੇ ਉਹ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਕੀਤੇ ਆ ਐਨਆਰਆਈਸ ਨੂੰ ਮਿਰਕਲ ਵਿਸ਼ੇਸ਼ ਰਾਹ ਦਿੱਤੇ 25% ਉਹ ਜਿਹਾਉਂਦੇ ਆ ਤਾਂ 75% ਜਿਹੜਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਊਗਾ ਜਾਂ ਜੋ ਉਹਨਾਂ ਨੇ ਇੱਥੇ ਇਨਫਰਾਸਟ੍ਰਕਚਰ ਤੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਕੀ ਤੂੰ ਸੋਚਦੇ ਕਿ ਫੇਰ ਇਸ ਚੀਜ਼ ਨੂੰ ਦੇਖ ਕੇ ਉਹ ਐਨਆਰਆਈ ਅਟ੍ਰੈਕਟ ਹੋਊਗਾ ਪੰਜਾਬ ਵੱਲ ਜਾਂ ਜਿਸ ਤਰ੍ਹਾਂ ਸਿੰਗਲ ਸਿੰਗਲ ਵਿੰਡੋ ਨਰਾਲੀ ਜਿਹੜਾ 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 ਐਨਆਰਆ ਦੇ اٹੈਂਡੈਂਸ ਆ ਨਾ ਉਹ ਹੀ ਤੁਹਾਨੂੰ ਦੱਸਦਾ ਵੀ ਐਨਆਰਆ ਕਿੰਨਾ ਉਸ਼ਾ ਇਹਨੂੰ ਇੰਟਰਸਟ ਹੈ ਜੀ ਕਿ ਵੀ ਮੈਂ ਆਪਣੇ ਭੂਮੀ ਤੇ ਕੁਛ ਨਾ ਕੁਛ ਕਰਾਂ ਜੀ ਉਹ ਮੇਰੇ ਦੋਸਤਾਂ ਦਾ ਵੀ ਹੈਗਾ ਜੀ ਪਰ ਉਹ ਫਰਸਟ੍ਰੇਟ ਇਸ ਤੋਂ ਹੋ ਜਾਂਦੇ ਨੇ ਕਿ ਵੀ ਸਾਡਾ ਪੈਸਾ ਦਿੱਤਾ ਜਾਊ ਕਿਥੇ ਜੀ ਹੈਨਾ ਹੁਣ ਇਹ ਤਾਂ ਦੇਖਣ ਵਾਲੀ ਗੱਲ ਹੈ ਵੀ ਹੁਣ ਜੋ ਡਿਕਲੇਅਰ ਹੋਇਆ ਉਹਦਾ ਕੀ ਰਿਜ਼ਲਟ ਨਿਕਲਦਾ ਤੇ ਮੈਂ ਵੀ ਉਸ ਕਾਰਵਾਈ ਚ ਇੱਕ ਦੋ ਪ੍ਰੋਜੈਕਟਸ ਪੇਸ਼ ਕੀਤੀਆਂ ਨੇ ਜੀ ਹੁਣ ਕੱਲ ਨੂੰ ਮੈਂ ਫਿਰ ਡੀਸੀ ਨੂੰ ਕੋਸ਼ਿਸ਼ ਕਰਾਂਗਾ ਬਰਾੜ ਸਾਹਿਬ ਮਿਲੇ ਸੀ ਮੈਨੂੰ ਜੀ ਉਹਨਾਂ ਨੇ ਬੜੀ ਮੇਰੀ ਇਹਨਾਂ ਦੀ ਬਾਹ ਫੜੀ ਜੀ ਇੱਕ ਅੱਛੀ ਗੱਲ ਆ ਕਿਉਂਕਿ ਜੇ ਤੁਹਾਡੇ ਕਹਿਣ ਤੋਂ ਵਾਗੇ ਪੰਜਾਬ ਸਰਕਾਰ ਨੂੰ ਇੱਕ ਵਾਰੀ ਕਹਿ ਸਕਦਾ ਕਿ ਅਤਬਾਰ ਬਣਾਉਣਾ ਪਊਗਾ ਹਾਂਜੀ ਜੇ ਉਹ ਅਤਬਾਰ ਪੰਜਾਬ ਸਰਕਾਰ ਦਾ ਬੰਦ ਹੈ ਤਾਂ ਬਹੁਤ ਸਾਰੇ ਐਨ ਆਰ ਆਈਸ ਆ ਜਿਹੜੇ ਪੰਜਾਬ ਦੀ ਧਰਤੀ ਦੇ ਪੈਸਾ ਲਾਉਣ ਨੂੰ ਤਿਆਰ ਨਹੀਂ ਬਿਲਕੁਲ ਕਿਉਂਕਿ ਜੋ ਵੀ ਇਨਸਾਨ ਆਪਣੇ ਧਰਮ ਆਪਣੀ ਕਲਚਰ ਆਪਣੀ ਧਰਤੀ ਨਾਲ ਜੁੜਿਆ ਰਹਿਣਾ ਚਾਹੁੰਦਾ ਇਜ਼ਰਾਈਲ ਲੈ ਲਓ ਤੁਸੀਂ ਜੀ ਜਿਊਜ਼ ਜਿਹੜੇ ਉਹਨਾਂ ਨੂੰ ਵਿਛੜਿਆ ਕਿੰਨਾ ਚਿਰ ਹੋ ਗਿਆ ਵਰਲਡ ਵਾਰ ਵੀ 2 ਹੋ ਚੁੱਕੇ ਜੀ ਉਹਨਾਂ ਤੇ ਇਤਨੇ ਮਤਲਬ ਜ਼ੁਲਮ ਵੀ ਹੋ ਚੁੱਕਾ ਜਰਮਨੀ ਚ ਜੀ ਹਜੇ ਵੀ ਉਹ ਇਜ਼ਰਾਈਲ ਦੇ ਨਾਲ ਜੁੜੇ ਹੋਏ ਨੇ ਠੀਕ ਤੇ ਜਿੰਨੇ ਨੌਜਵਾਨ ਇਜ਼ਰੇਲੀ ਜੂਜ਼ ਸਾਰੇ ਆਪਣੇ ਮੁਲਕ ਚ ਜਾ ਕੇ ਸੇਵਾ 1-2 ਸਾਲ ਕਰਕੇ ਆਉਂਦੇ ਨੇ ਜੀ ਤੇ ਅਸੀਂ ਪੰਜਾਬੀ ਕਿਉਂ ਨਹੀਂ ਕਰ ਸਕਦੇ ਬਿਲਕੁਲ ਸਹੀ ਹੈ ਪਰ ਗੱਲ ਤਾਂ ਇਹ ਵੀ ਸਾਨੂੰ ਇਹ ਇੱਕ ਤਰੀਕਾ ਬਣਾਣਾ ਪਏਗਾ ਅਪਣਾਉਣਾ ਪਏਗਾ ਉਹ ਜਿਹਾ ਕਹਿਣਾ ਪਏਗਾ ਜਾਂ ਦੋਨੋਂ ਪਾਸੇ ਹੈ ਨਹੀਂ ਕਿ ਸਾਰਾ ਨੁਕਸ ਪੰਜਾਬੀਆਂ ਚ ਹੀ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਪੋਰਟਸ ਪ੍ਰਮੋਟ ਕਰਦੇ ਨੇ ਪਰ ਉਹ ਇੰਟੈਂਸ਼ਨ ਕੋਈ ਹੋਰ ਹੁੰਦੀ ਹੈ ਉਹ ਤਾਂ ਫਿਰ ਇੱਕ ਭੁਲੇਖਾ ਹੀ ਹੋ ਗਿਆ ਨਾ ਯਾਨੀ ਜੈਨਿਊਨੈਸ ਜਿਹੜੀ ਚਾਹੀਦੀ ਹੈ ਕਿ ਤੁਸੀਂ ਸੋਚੋ ਕਿ ਜਿੰਨੇ ਐਨ ਆਰ ਆਈਸ ਅੱਜ ਬਾਹਰ ਬੈਠੇ ਆ ਪੰਜਾਬ ਤੋਂ ਇੱਥੋਂ ਜਾ ਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਉਹਨਾਂ ਨੇ ਪੂਰੀ ਸ਼ੋਹਰਤ ਕੱਟੀ ਹੈ ਪੈਸਾ ਕਮਾਇਆ ਕਿ ਉਹ ਉਹਨਾਂ ਨੂੰ ਜੇ ਇਤਬਾਰ ਬਣ ਜੇ ਜਾਂ ਉਹਨਾਂ ਦੇ ਮਨ ਦੇ ਵਿੱਚ ਚਿੰਗ ਫੁੱਟੇ ਤਾਂ ਕਿ ਪੰਜਾਬ ਦੀ ਖਾਸ ਕਰਕੇ ਤਕਦੀਰ ਬਦਲ ਸਕਦੇ ਬਿਲਕੁਲ ਬਦਲ ਸਕਦੇ ਇਹ ਕੋਈ ਡਾਊਟ ਨਹੀਂ ਜੀ ਕਿਉਂਕਿ ਇੱਕ ਤਾਂ ਨੌਲੇਜ ਬੇਸ ਬਹੁਤ ਹੋ ਗਿਆ ਜੀ ਪੰਜਾਬੀ ਜਿਹੜਾ ਉਹ ਹਰ ਇੱਕ profession ਚ ਐਕਸਪਰਟ ਹੋ ਚੁੱਕਾ ਬਾਹਰ ਜੀ ਬਹੁਤ ਨਮਾਇੰਦਗੀ ਹੈ ਆਪਣੇ ਪੰਜਾਬੀਆਂ ਦੀ ਜੀ ਮੈਡੀਕਲ ਫੀਲਡ ਲੈ ਲਓ ਇੰਜੀਨੀਅਰਿੰਗ ਲੈ ਲਓ ਐਵੀਏਸ਼ਨ ਲੈ ਲਓ ਜੀ ਫਾਈਨੈਂਸ ਲੈ ਲਓ ਬੈਂਕਿੰਗ ਲੈ ਲਓ ਹਰ ਇੱਕ ਦੇ ਵਿੱਚ ਉਹਨਾਂ ਦੀ ਕਾਸੀ ਰੋਲ ਹੈ ਠੀਕ ਤਾਂ ਉਹ ਰੋਲ ਨੂੰ ਮਤਲਬ ਟਰਾਂਸਫਰ ਕੀਤਾ ਜਾ ਸਕਦਾ ਇਹ ਨਹੀਂ ਕਿ ਮੈਂ ਕਹਿੰਦਾ ਵੀ ਇੱਥੇ ਕਿਸੇ ਲੋਕਾਂ ਨੂੰ ਪਤਾ ਨਹੀਂ ਕੁਝ ਇਹ ਜਾਣਦੇ ਨਹੀਂ ਜਾਣਦੇ ਨਹੀਂ ਪਰ ਉਹਦੀ ਜਿਹੜੀ ਡੈਪਥ ਹੈ ਨਾ ਪੈਨੇਟ੍ਰੇਸ਼ਨ ਰੂਰਲ ਲੈਵਲ ਤੱਕ ਨਹੀਂ اور मोस्ट ਪੰਜਾਬੀ ਜਿਹੜੇ ਐ ਐਨ ਆਰ ਆਈਸ ਉਹ ਰੂਰਲ ਦੇ ਵਿਸ਼ੇ ਦੇ ਨੇ ਠੀਕ ਪਿਛੋਕੜ ਉਹਨਾਂ ਦਾ ਰੂਰਲ ਹੈ ਰੂਰਲ ਹੈ ਸ਼ਹਿਰਾਂ ਦੇ ਲੋਕ ਤਾਂ ਬਹੁਤ ਘਟ ਗਏ ਉਹਨੇ ਜੀ ਉਹਨਾਂ ਦਾ ਪਹਿਲਾਂ ਹੀ ਰਹਿਣ ਸਹਿਣ ਠੀਕ ਸੀ ਜੀ ਤੈਨਸਾਉ ਤੁਸੀਂ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਉਹ ਜਿਹੜਾ ਬਹੁਤ ਸਾਰਾ ਜਿਹੜਾ ਬ੍ਰੇਨ ਡレイン ਹੋਇਆ ਜਿਹੜੇ ਚੰਗੀ ਸੋਚ ਵਾਲੇ ਸੀ ਬਹੁਤ ਸਾਰੇ ਜਿਨ੍ਹਾਂ ਨੇ ਜਿਸ ਤਰ੍ਹਾਂ ਤੁਸੀਂ ਰੂਰਲ ਸੈਕਟਰ ਦੀ ਗੱਲ ਕੀਤੀ ਉਹਦਾ ਵੀ ਕੁਝ ਨਾ ਕੁਝ ਆ ਕੇ ਸਾਡੀ ਆਬਾਦੀ ਤੇ ਅਸਰ ਪਿਆ ਹੈ ਮੇਰਾ ਖਿਆਲ ਹੈ ਕਿ ਇੱਕ ਨਾ ਉਲਟ ਜਾਂ ਦਰਿਆ ਵਗਦਾ ਹੈ ਤੇ ਜੀ ਕਿ ਭਈ ਜੋ ਮਾੜਾ-ਮਾੜਾ ਪੜ ਜਾਂਦਾ ਉਹ ਕਹਿੰਦਾ ਜੀ ਮੈਂ ਪਿੰਡ ਨਹੀਂ ਰਹਿਣਾ ਜੀ ਮੈਂ ਸ਼ਹਿਰ ਚੰਡੀਗੜ੍ਹ ਰਹਿਣਾ ਪਹਿਲਾਂ ਤਾਂ ਚੰਡੀਗੜ੍ਹ ਚ ਚੋਇਸ ਹੈ ਪੇਉ ਨਾ ਹੋਵੇ ਅਫੋਰਡ ਤੇ ਮਹਾਲੀ ਮਹਾਲੀ ਤੋਂ ਬਾਅਦ ਫਿਰ ਉਹ ਛੋਟੇ ਸ਼ਹਿਰ ਆ ਜਾਂਦੇ ਨੇ ਉੱਥੇ ਇਹ ਇੱਕ ਅਨਫੋਰਚੂਨੇਟ ਫੀਨੋਮਨਾ ਹੈ ਠੀਕ ਹੈ ਇੰਗਲੈਂਡ ਤੁਸੀਂ ਲੈ ਲਓ ਜਿਹੜੇ ਅੱਛੇ ਅਮੀਰ ਲੋਕ ਨੇ ਉਹ ਪਿੰਡਾਂ ਵੱਲ ਭੱਜਦੇ ਨੇ ਠੀਕ ਜਿੰਨੇ ਸਕਸੈਸਫੁਲ ਲੋਕ ਨੇ ਉਹ ਪਿੰਡ 'ਚ ਰਹਿ ਖੋਸ਼ ਨੇ ਜੀ ਇੱਥੇ ਉਲਟਾ ਹੈ ਜੀ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਜੀ ਜੀ ਜੇ ਅਸੀਂ ਪਿੰਡਾਂ 'ਚ ਰਵਾਂਗੇ ਤੇ ਪਿੰਡਾਂ ਦੇ ਲੋਕਾਂ ਨਾਲ ਇੰਟਰੈਕਟ ਕਰਾਂਗੇ ਸਾਡੀ ਆਪੇ ਹੀ ਸੋਚ ਜਿਹੜੀ ਕੁਝ ਸੁਧਰੇਗੀ ਸਾਡੀ ਵੀ ਸੁਧਰੇਗੀ ਤੇ ਨਾਲ ਨਾਲ ਚਲੋ ਮੇਬੀ ਅਸੀਂ ਕੁਝ ਨਾ ਕੁਝ ਕੰਟਰੀਬਿਊਟ ਕਰ ਸਕਾਂਗੇ ਜੀ ਸਿੰਘ ਸਾਹਿਬ ਜੇਕਰ ਅਸੀਂ ਦੇਖੀਏ ਕਿ ਤੁਹਾਡੀ ਇੱਕ ਐਨ ਆਰ ਆਈ ਸਭਾ ਬਣੀ ਹੋਈ ਹੈ ਐਨ ਆਰ ਆਈ ਸਭਾ ਦੀ ਜਦੋਂ ਚੋਣ ਆਉਂਦੀ ਹੈ ਤਾਂ ਉਹਦੇ ਵਿੱਚ ਬੜੀ ਵੱਡੀ ਪੋਲਿਟਿਕਸ ਜਿਹੜੀ ਚੱਲਦੀ ਹੈ ਹਰ ਇੱਕ ਨੂੰ ਇੱਛਾ ਹੁੰਦੀ ਹੈ ਕਿ ਮੈਂ ਐਨ ਆਰ ਆਈ ਸਭਾ ਦੇ ਵਿੱਚ ਕੁਝ ਨਾ ਕੁਝ ਅਹੁਦਾ ਲੈ ਰਾਂ ਉਹ ਕੀ ਤੁਸੀਂ ਹਕੀਕਤ ਕੀ ਹੈ ਮੈਨੂੰ ਤਾਂ ਇਦਾਂ ਲੱਗਦਾ ਵੀ ਇਹ ਇੱਕ ਵੱਡਾ ਮਖੌਲ ਹੈ ਪੰਜਾਬੀਆਂ ਦੇ ਨਾਲ ਜੀ ਐਨ ਆਰ ਆਈ ਸਭਾ ਜਾਂ ਇਹ ਸਭਾ ਉਹ ਸਭਾ ਸਾਬ ਮੈਂ ਰੋਟੀ ਸੇਕਣ ਦੀ ਮੈਂ ਮੇਬੀ ਅਨਫੋਰਚਨਟਲੀ ਲਵਜ਼ ਆ ਕਿ ਰੋਟੀ ਸੇਕਣ ਦੀ ਇੱਕ ਹਾਉਮੇ ਨੂੰ ਪੱਠੇ ਪਾਉਣ ਵਾਲੀ ਗੱਲ ਹੈ ਜੀ ਇੱਕ ਹਾਉਮੇ ਨੂੰ ਪੱਠੇ ਪਾਉਣ ਵਾਲੀ ਗੱਲ ਹੈ ਜੀ ਪਾਈ ਜਾਂਦੇ ਨੇ ਲੋਕ ਔਰ ਕਲਚਰਲੀ ਮੇਰੇ ਖਿਆਲ ਅਸੀਂ ਸਾਨੂੰ ਇਹ ਇਹ ਗੱਲਾਂ ਤੋਂ ਉੱਤੇ ਉੱਠਣ ਦੀ ਜੇ ਮੈਂ ਕੰਮ ਕਰਨਾ ਤੇ ਮੈਨੂੰ ਸਭਾ ਦਾ ਕੋਈ ਚੇਅਰਮੈਨ ਬਣਨ ਦੀ ਲੋੜ ਨਹੀਂ ਠੀਕ ਮੈਂ ਆਪਣੇ ਪਿੰਡ ਚ 20 ਸਾਲ ਤੋਂ ਕੰਮ ਕਰ ਰਿਹਾ ਹਾਂ ਕਿਸੇ ਸਭਾ ਦਾ ਮੈਂਬਰ ਨਹੀਂ ਮੈਂ ਜੀ ਕਿਸੇ ਆਰਗੇਨਾਈਜੇਸ਼ਨ ਦਾ ਮੈਂਬਰ ਨਹੀਂ ਮੈਂ ਜੀ ਤੁਸੀਂ ਜਿਸ ਤਰ੍ਹਾਂ ਤੁਸੀਂ ਇੱਥੋਂ 11 ਸਾਲ ਦੀ ਉਮਰ ਦੇ ਵਿੱਚ ਗਏ ਜਾ ਕੇ ਉੱਧਰ ਜਿਹੜੀ ਮੋਡਲੀ ਸਿੱਖਿਆ ਵਿਦੇਸ਼ ਤੋਂ ਸ਼ੁਰੂ ਕੀਤੀ ਤੁਹਾਨੂੰ ਕੋਈ ਔਕੜ ਤਾਂ ਨਹੀਂ ਆਈ ਕਿੱਥੋਂ ਤੱਕ ਦੀ ਪੜ੍ਹਾਈ ਕੀਤੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਤੁਸੀਂ ਨੌਕਰੀ ਲੱਭਣ ਤੱਕ ਦਾ ਸਫ਼ਰ ਇੱਥੋਂ ਦੀਆਂ ਬਸਤੀਤੀਆਂ ਦੇ ਨਾਲ ਹਿਸਾਬ ਨਾਲ ਉੱਥੋਂ ਕਿੰਨਾ ਕੁ ਔਖਾ ਸੀ ਜਾਂ ਉੱਥੇ ਮੈਂ ਇੱਥੋਂ ਚੌਥੀ ਜਮਾਤ 'ਚ ਮੈਂ ਗਿਆ ਸੀਗਾ ਇਮਤਿਹਾਨ ਹੋਣ ਵਾਲੇ ਸੀ ਪਰ ਉਹਦਾ ਹੀ ਫਿਰ ਜਾਣਾ ਪੈ ਗਿਆ ਜੀ ਤੇ ਸਿਰ ਪੰਜਾਬੀ ਲਿਖਣੀ ਬਾਲੀ ਗੋਟੀਆਂ ਆਉਂਦੀ ਸੀ ਜੀ ਤੇ ਅੰਗਰੇਜ਼ੀ ਦਾ ਆਉਂਦੀ ਕੋਈ ਨਹੀਂ ਸੀ ਜੀ ਸਭ ਕੁਝ ਉੱਥੇ ਨਵਾਂ ਸਿੱਖਣਾ ਪਿਆ ਜੀ ਤੇ ਉੱਥੇ ਫਿਰ ਮੈਂ ਮਤਲਬ 10-12 ਸਾਲਾਂ ਦੀ ਗ੍ਰੈਜੂਏਸ਼ਨ ਕਰ ਗਿਆ ਸੀ ਜੀ ਡਿਗਰੀ ਮੈਨੂੰ ਮਕੈਨਿਕਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਜੀ ਬਰਫਹੈਂਮਟਨ ਪਾਲਿਟਿਕ ਜੀ ਫਿਰ ਨੌਕਰੀ ਕੀਤੀ ਕਈ ਥਾਈਂ ਜੀ ਪੰਜ-ਸੱਤ ਬੜੀ-ਬੜੀ ਕੰਪਨੀ ਫਿਰ BH 25 ਸਾਲ ਕੀਤੀ ਜੀ ਉੱਥੋਂ ਫਿਰ ਰਿਟਾਇਰ ਹੋ ਗਿਆ ਜਿਸ ਤਰ੍ਹਾਂ ਤੁਸੀਂ ਸਾਪ ਅਸੀਂ ਦੇਖਦੇ ਹਾਂ ਇੱਥੇ ਜਿਹੜਾ ਪੜ੍ਹਾਈ ਕਰ ਲੈਂਦਾ ਜਿਵੇਂ ਤੁਸੀਂ ਦੱਸਿਆ ਮਕੈਨੀਕਲ ਇੰਜੀਨੀਅਰਿੰਗ ਕੀਤੀ ਉਹਨੂੰ ਨੌਕਰੀ ਲੱਭਣ ਵੇਲੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰੀ ਅਸੀਂ ਦੇਖਿਆ ਕਿ ਉੱਚ ਸਿੱਖਿਆ ਪ੍ਰਾਪਤ ਕਰਕੇ ਵੀ ਉਹ ਇੱਕ ਕਲੈਰੀਕਲ ਲੈਵਲ ਦੀ ਨੌਕਰੀ ਕਰਦਾ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਜੀ ਗੱਲ ਮੈਂ ਥੋੜਾ ਜਿਹਾ ਧਿਆਨ ਮਾਰਿਆ ਸੀਗਾ ਕਿਸੇ ਟਾਈਮ ਪਹਿਲਾਂ ਮੇਰੇ ਦੋਸਤ ਨੇ ਪ੍ਰੋਫੈਸਰ ਹਿਸਾ ਯੂਨੀਵਰਸਿਟੀ ਬਿਸ਼ੇ ਬਰਮਾ ਦੇ ਸਾਡੇ ਕਈ ਮਤਲਬ ਇੰਟੈਲੈਕਚੁਅਲਸ ਨਾਲ ਅਕੈਡਮਿਕਸ ਨਾਲ ਗੱਲਬਾਤ ਕਰਦੇ ਹਾਂ ਮੈਨੂੰ ਮਹਿਸੂਸ ਹੋਇਆ ਸੀ ਕਿ ਵੀ ਜੋ ਸਾਡੀ ਪੜ੍ਹਾਈ ਹੈ ਨਾ ਜੀ ਉਹਦੇ ਚ ਵੀ ਬਹੁਤ ਘਾਟਾਂ ਨੇ ਠੀਕ ਬੁੱਕ ਲਰਨਿੰਗ ਬਹੁਤ ਹੀ ਹੈ ਤੇ ਪ੍ਰੈਕਟੀਕਲ ਅਪਰੋਚ ਬਹੁਤ ਘਾਟਦਾ ਹੈ ਜੀ ਤੇ ਐਕਸਪੋਜ਼ਰ ਬਹੁਤ ਘਾਟਦਾ ਇੰਡਸਟਰੀ ਨੂੰ ਠੀਕ ਤੇ ਅਨਫੋਰਚਨਟਲੀ ਮੇਰੇ ਇੱਕ ਦੋਸਤ ਸੀ ਉਹਨਾਂ ਨੇ ਇੱਕ ਤਕੜਾ ਬਿਜ਼ਨਸ ਵੀ ਸ਼ੁਰੂ ਕੀਤਾ ਸੀ ਰੂਰਲ ਇੰਡੀਆ ਚ ਪੰਜਾਬ ਚ ਉਹਦੀ ਮੇਨ ਜਿਹੜੀ ਪ੍ਰੋਬਲਮ ਉਹਨੂੰ ਹੁੰਦੀ ਸੀ ਅਵੇਲੇਬਿਲਟੀ ਆਫ ਮਤਲਬ ਕੰਪਟੈਂਟ ਜੀ ਸਟਾਫ ਜੀ ਜੀ ਜੈੰਬਲੋਇਸ ਇਹ ਹੁਣ ਪੰਜਾਬ ਦੇ ਮੁੰਡੇ ਉੱਤੋਂ ਤਾਂ ਪੜੇ ਲਿਖੇ ਬੜੇ ਲੱਗਦੇ ਨੇ ਜੀ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਜੀ ਪਿੰਡਾਂ ਦੀ ਗੱਲ ਕਰਦੇ ਹਾਂ ਬਸ ਜੀ ਸ਼ਹਿਰਾਂ ਦੇ ਵਿੱਚ ਤਾਂ ਮਰਹਲ ਬਹੁਤਾ ਫਰਕ ਨਹੀਂ ਕਰਾ ਇੰਗਲੈਂਡ ਟੋਟੇ ਕੇ ਨੂੰ ਕਹਿਣ ਤੋਂ ਪਾਵੇ ਕਿ ਇੱਥੇ ਜਿਹੜਾ ਰੱਟਾ ਬਾਜੀ ਕਰਕੇ ਅਸੀਂ ਪੜ੍ਹਾਈ ਤਾਂ ਕਰ ਲੈਂਦੇ ਆ ਪਰੰਤੂ ਪ੍ਰੈਕਟੀਕਲ ਰੂਪ ਦੇ ਵਿੱਚ ਜਿਹੜੀ ਜਿਹੜੀ ਦਿਮਾਗੀ ਰੂਪ ਦੇ ਵਿੱਚ ਆਉਂਦੀ ਹੈ ਪਰਪਕ ਨਹੀਂ ਜਿਹੜੀ ਲੌਜੀਕਲ ਸੋਚ ਹੈ ਉਸ ਨੂੰ ਪੈਦਾ ਕਰਨ ਦੀ ਲੋੜ ਹੈ ਜੀ ਇਨਸਾਨ ਜਿਹੜਾ ਇਨਕੁਇਜ਼ਿਟਿਵ ਜੀ ਨਿਸਾਨ ਨੂੰ ਤੁਸੀਂ ਪੜ੍ਹਾ ਪੜਾ ਕੇ ਬਾਬੂ ਬਣਾ ਸਕਦੇ ਹੋ ਜੀ ਯਾਨੀ ਕਿ ਰੱਟਾ ਲਵਾ ਕੇ ਜੀ ਸੋਚਣੇ ਨਹੀਂ ਲਾ ਸਕਦੇ ਜੀ ਸੋਚਣ ਲਾਉਣ ਨੂੰ ਤੁਹਾਨੂੰ ਜਿਹੜਾ ਵੱਖਰਾ ਇੱਕ ਅ এডਿਕੇਸ਼ਨ ਸਿਸਟਮ ਅਪਣਾਉਣਾ ਪਏਗਾ ਜਿਹੜਾ ਕਿ ਵੈਸਟ ਨੇ ਅਪਣਾਇਆ ਹੋਇਆ ਠੀਕ ਡਿਵੈਲਪਡ ਕੰਟਰੀ ਦੇ ਵਿੱਚ ਜਿੰਨੀਆਂ ਵੀ ਡਿਵੈਲਪਡ ਕੰਟਰੀਜ਼ ਨੇ ਨਾ ਉਹਨਾਂ ਦਾ এডਿਕੇਸ਼ਨ ਸਿਸਟਮ ਹਮੇਸ਼ਾ ਇਵੋਲਵ ਹੁੰਦਾ ਜੀ ਚੇਂਜ ਹੁੰਦਾ ਰਹਿੰਦਾ ਨਾ ਸਮੇਂ ਦੇ ਸਮੇਂ ਜੋ ਲੋੜ ਹੈ ਠੀਕ ਇੱਥੇ ਮੈਂ ਦੇਖਦਾ ਵੀ ਮੇਰੇ ਜਨਮ ਤੋਂ ਜੋ ਪਹਿਲਾਂ ਅੰਗਰੇਜ਼ ਦੇ ਗਏ ਤਾਂ ਆਪਾਂ ਨੂੰ ਉਹੀ ਹੈ ਉਹ ਕੀ ਕ੍ਰੀਏਟ ਕਰਦਾ ਬਾਬੂ ਤੇ ਜਦੋਂ ਬਾਬੂ ਦੇ ਕੁਰਸੀ ਤੇ ਬਹਿ ਜਾਂਦਾ ਫਿਰ ਉਹ ਬਾਬੂ ਤੋਂ ਵੀ ਰਹਿ ਜਾਂਦਾ ਉੱਥੇ ਬਸ ਉਹ ਲਕੀਰ ਦਾ ਫਕੀਰ ਬਣ ਜਾਂਦਾ ਜਿਹਨੂੰ ਮੁਸੀਬਤ ਹੁੰਦੀ ਹੈ ਉਹ ਲਕੀਰ ਤੋਂ ਬਾਹਰ ਸੋਚ ਹੀ ਨਹੀਂ ਸਕਦਾ ਠੀਕ ਹੈ ਉਹ ਜਿਹੜਾ ਬਾਕਸ ਹੈ ਨਾ ਉਹਦੇ ਵਿੱਚ ਉਹ ਹਜ਼ਾਰ ਹੋਣਾ ਪਊ ਤੁਹਾਨੂੰ ਠੀਕ ਹੁਣ ਤੱਕ ਜੋ ਸਾਡਾ ਗਵਰਨੈਂਸ ਸਿਸਟਮ ਵੀ ਹੈ ਪੰਜਾਬ ਦਾ ਹਿੰਦੁਸਤਾਨ ਦਾ ਉਹ ਬਾਕਸੇ ਦੇ ਅੰਦਰ ਬੰਦ ਹੈ ਠੀਕ ਅੰਗਰੇਜ਼ਾਂ ਵਾਲਾ ਜੀ ਉਹ ਇੱਕ ਬਾਬੂ ਬਣਾ ਕੇ ਦੂਸਰਿਆਂ ਦੇ ਉੱਤੇ ਹੁਕਮ ਚਲਾਉਣ ਵਾਸਤੇ ਜਿਹੜੀ ਜਿਹੜੀ ਹੁਣ ਸਾਡੀ ਪਾਪੂਲੇਸ਼ਨ ਹੈ ਉਹੀ ਸਾਡੀ ਸਟਰੈਂਥ ਹੈ ਸਾਡਾ ਜੋ ਜਿਹੜੀ ਜਿਹੜੀ ਐਕਚੁਅਲ ਸ਼ਕਤੀ ਹੈ ਲੋਕ ਨੇ ਠੀਕ ਨੌਜਵਾਨ ਸਾਡੀ ਸ਼ਕਤੀ ਹੈ ਪੰਜਾਬ ਦੀ ਦਾ ਹਿੰਦੁਸਤਾਨ ਦੀ ਜੇ ਉਹਨਾਂ ਨੂੰ ਅਸੀਂ 엠ਪਾਵਰ ਤੇ ਸੋਚਣ ਨਹੀਂ ਲਾਵਾਂਗੇ ਤੇ ਫਿਰ ਸਾਡਾ ਮੁਲਕ ਕਿਵੇਂ ਅੱਗੇ ਵਧੂ ਠੀਕ ਕਿਵੇਂ ਚੱਲ ਰਿਹਾ ਤੁਸੀਂ ਸਭ ਤੁਸੀਂ ਆਪਣੇ ਜੀਵਨ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇੱਕ ਐਨ ਆਰ ਆਈ ਹੋਣ ਦੇ ਨਾਤੇ ਸਾਡੇ ਪੰਜਾਬ ਦੀ ਤਰੱਕੀ ਦੇ ਵਿੱਚ ਵੀ ਆਪਣਾ ਕੁਝ ਹਿੱਸਾ ਪਾ ਰਹੇ ਹੋ ਇਹ ਸੰਨ ਸਰਦਾਰ ਗੁਰਮਿੰਦਰ ਸਿੰਘ ਥਿੰਦ ਫਿਰ ਇੱਕ ਨਵੀਂ ਸ਼ਖਸੀਅਤ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦੀ ਅਗਿਆਤੋ ਧੰਨਵਾਦ